ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਇੱਕ ਜ਼ਰੂਰੀ ਬੇਨਤੀ ਤੁਹਾਨੂੰ ਕਰਨੀ ਹੈ, ਜਿਹੜੇ ਵੀਰ ਦੇਖਣ ਵੀਡੀਓ, ਉਹਨਾਂ ਦੇ ਚਰਨਾਂ 'ਚ ਬੇਨਤੀ ਆ ਵੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ। ਆਇਓ, ਤੁਹਾਨੂੰ ਦਿਖਾ ਦਿੰਦੇ ਹਾਂ ਕਿ ਆਹ ਇਹਨਾਂ ਨੇ ਟੋਏ ਮਾਰੇ ਆ ਸਾਹਮਣੇ, ਦੇਖੋ ਵੀਰ ਜੀ। ਲਾਗੇ ਚਲੋ, ਪਹਿਲੀ ਗੱਲ ਇਹ ਕੋਈ ਇਹ ਕਲਕੱਤੇ ਤੋਂ ਨੇ ਮਜ਼ਦੂਰ ਜਿਹੜੇ ਦੱਸ ਰਹੇ ਵੀ ਅਸੀਂ ਬੰਗਾਲ ਤੋਂ ਆਏ ਹਾਂ ਅਤੇ ਕੋਈ ਕੰਪਨੀ ਦੇ ਨਾਲ ਇਹ ਤੁਰੇ ਫਿਰਦੇ ਆ। ਇਹ ਕਹਿੰਦੇ ਵੀ ਜ਼ਮੀਨਾਂ ਦੇ ਵਿੱਚ ਅਸੀਂ ਬੋਰ ਕਰਕੇ ਨਾ ਕੋਈ 60 ਤੋਂ 70-80 ਫੁੱਟ ਮਤਲਬ ਇਹਨਾਂ ਨੇ ਬੋਰ ਕਰਨਾ ਪਹਿਲਾਂ, ਫਿਰ ਉਸ ਬੋਰ ਦੇ ਵਿੱਚ ਬਰੂਦ ਸੁੱਟ ਕੇ 60 ਤੋਂ 80 ਫੁੱਟ ਥੱਲੇ ਡੂੰਘਾ ਇਹਨਾਂ ਨੇ ਬੋਰ ਕਰਨਾ, ਫਿਰ ਉਹਦੇ ਵਿੱਚ ਇਹਨਾਂ ਨੇ ਕੋਈ ਬਰੂਦ ਸੁੱਟਣਾ ਜਿਹਦੇ ਨਾਲ ਕੋਈ 4 ਕਿਲੋਮੀਟਰ ਆਪ ਦੱਸਦੇ ਵੀ 4 ਕਿਲੋਮੀਟਰ ਥੱਲੇ ਜਿਹੜੀ ਆ ਵਾਈਬ੍ਰੇਸ਼ਨ ਹੋਊਗੀ ਉਸ ਬਰੂਦ ਦੇ ਨਾਲ, ਤੇ ਪਾਣੀ ਵੀ ਕਾਫੀ ਉੱਚਾ ਜਿਹੜਾ ਵਾ ਤਾਂ ਨੂੰ ਬੁੜਕਦਾ। ਸੋ ਇੱਕ ਕਿੱਲੇ ਦੇ ਵਿੱਚ ਇਹਨਾਂ ਨੇ 6 ਟੋਏ ਮਾਰੇ ਸੀਗੇ, ਇੱਕ ਕਿੱਲੇ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਬਈ ਇਹ ਚੱਕ ਨੀ, ਦੇਖੋ 6 ਟੋਏ ਮਾਰੇ ਸੀ। ਅਸੀਂ ਇਹਨਾਂ ਨੂੰ ਮਨਾ ਕਰ ਦਿੱਤਾ ਵਾ ਕਿ ਅਸੀਂ ਇੱਥੇ ਜਿਹੜਾ ਬੋਰ ਇਹਨਾਂ ਨੂੰ ਨਹੀਂ ਕਰਨ ਦੇਣਾ, ਸਾਨੂੰ ਕੋਈ ਐਗਰੀਮੈਂਟ ਨਹੀਂ, ਕੋਈ ਲੈਣ ਕੋਈ ਇਹਨਾਂ ਦੇ ਕੋਲ ਚੱਜ ਦਾ ਪਰੂਫ ਨਹੀਂ ਗਾ, ਕੋਈ ਇਹਨਾਂ ਦੇ ਕੋਲ ਲਿਖਤੀ ਨਹੀਂ ਗਾ ਚੱਜ ਦਾ ਹੈਗਾ, ਕੋਈ ਇੱਕ ਲੈਟਰ ਪੈਡ ਜਿਹਾ ਲਈ ਫਿਰਦੇ ਆ ਜਿਹਦੇ ਵਿੱਚ ਇਹ ਕਹਿ ਰਹੇ ਆ ਵੀ ਸਾਨੂੰ ਇਹ ਕਲੈਕਟਰ ਵੱਲੋਂ ਤੇ ਇੱਕ ਤਹਿਸੀਲਦਾਰ ਦੀ ਮੋਹਰ ਲਈ ਫਿਰਦੇ ਆ, ਬਟਾਲੇ ਵਾਲੇ ਤਹਿਸੀਲਦਾਰ ਦੀ। ਬਾਕੀ ਇਹਨਾਂ ਕੋਈ ਪਰੂਫ ਨਹੀਂ ਹੈਗਾ, ਕੋਈ ਇਹਨਾਂ ਕੋਲ ਕਿਸੇ ਕੰਪਨੀ ਦਾ ਕੋਈ ਮਤਲਬ ਗੱਲਬਾਤ ਨਹੀਂ ਹੈਗੀ, ਤੇ ਇਹ ਆਣ ਕੇ ਤੇ ਜ਼ਮੀਨਾਂ ਨੂੰ, ਉਪਜਾਊ ਜ਼ਮੀਨਾਂ ਨੇ ਪੰਜਾਬ ਦੀਆਂ ਹਰੇ ਮਟਰ ਵੇਖ, ਇਹਨਾਂ ਜ਼ਮੀਨਾਂ ਨੂੰ ਤਬਾਹ ਕਰਨ ਵਾਸਤੇ, ਤੇ ਜੇ ਜਿੰਨੇ ਇਲਾਕੇ ਦੇ ਵਿੱਚ ਕਹਿੰਦੇ ਆ ਸਾਡੇ ਬਲਾਸਟ ਨਾਲ ਜਾਂ ਸਾਡੀ ਪਟਾਈ ਦੇ ਨਾਲ ਕੋਈ ਨੁਕਸਾਨ ਹੁੰਦਾ ਉਹਦਾ 9 ਰੁਪਈਏ ਦੇ ਹਿਸਾਬ ਨਾਲ, ਫੁੱਟ ਦੇ ਹਿਸਾਬ ਨਾਲ 9 ਰੁਪਈਏ ਫੁੱਟ ਜਿਹੜਾ ਮੁਆਵਜ਼ਾ ਕਹਿੰਦੇ ਦੇਵਾਂਗੇ, ਪਰ ਉਹ ਵੀ ਰਿਟਰਨ 'ਚ ਨਹੀਂ ਹੈਗਾ, ਉਹ ਵੀ ਰਿਟਰਨ 'ਚ ਨਹੀਂ ਹੈਗਾ। ਤੇ ਜੇ ਇਹਨਾਂ ਨੂੰ ਅਸੀਂ ਕਰ ਚੁੱਕੋ, ਜੇ ਅਸੀਂ ਇਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਸਾਨੂੰ ਕੋਈ ਲਿਖਤੀ ਦੇ ਦਿਓ, ਐਗਰੀਮੈਂਟ ਕਰ ਲਓ ਸਾਡੇ ਨਾਲ ਵੀ ਸਾਡੇ ਕੋਈ ਜ਼ਮੀਨ ਦਾ ਨੁਕਸਾਨ ਹੁੰਦਾ ਉਪਜਾਊ ਦਾ ਜਾਂ ਪਾਣੀ ਦਾ ਨੁਕਸਾਨ ਹੁੰਦਾ ਵਾ ਤੇ ਤੁਸੀਂ ਉਹਦਾ ਕੋਈ ਹੱਲ ਕਰਕੇ ਦਓਗੇ, ਤੇ ਤਾਂ ਵੀ ਕੋਈ ਮਤਲਬ ਜਿਹੜਾ ਵਾ ਇਹ ਲਿਖਤੀ ਕਰਨ ਨੂੰ ਤਿਆਰ ਨਹੀਂ ਹੈ, ਰਿਟਰਨ ਦੇ ਵਿੱਚ ਵੀ ਲਿਖਤੀ ਕਰਨ ਨੂੰ ਤਿਆਰ ਨਹੀਂ। ਨਾ ਇਹਨਾਂ ਨੇ ਕੋਈ ਕਿਸੇ ਨੂੰ ਨੋਟਿਸ ਦਿੱਤਾ, ਨਾ ਕੋਈ ਅਗਾਊਂ ਗੱਲਬਾਤ ਕੀਤੀ ਆ, ਨਾ ਕਿਸੇ DC ਵੱਲੋਂ ਆ, ਨਾ ਕਿਸੇ ਜ਼ਿਲ੍ਹੇ ਵੱਲੋਂ ਆ, ਨਾ ਕਿਸੇ ਇਹਨਾਂ ਨੇ ਪਿੰਡ ਦੇ ਸਰਪੰਚ ਨਾਲ ਆਣ ਕੇ ਗੱਲ ਕੀਤੀ ਆ ਵੀ ਸਾਨੂੰ ਇਹਨਾਂ ਜ਼ਮੀਨਾਂ ਦੇ ਵਿੱਚ ਅਸੀਂ ਬੋਰ ਕਰਨਾ ਵਾ ਜਾਂ ਕਿਸੇ ਢੰਗ ਨਾਲ ਅਸੀਂ ਤੇਲ ਦੀ ਚੈਕਿੰਗ ਕਰ ਰਹੇ ਹਾਂ। ਕੋਈ ਨੋਟਿਸ ਨਹੀਂ, ਕੋਈ ਨਿਊਜ਼ ਨਹੀਂ, ਕੋਈ ਅਖਬਾਰ ਦੀ ਖਬਰ ਨਹੀਂ। ਰਾਤ ਆਣ ਕੇ ਸੂਏ ਦੇ ਕੰਢੇ ਦੇ ਉੱਤੇ ਦੇਖ ਲਓ ਇਹਨਾਂ ਨੇ ਤੰਬੂ ਲੱਗੇ ਹੋਏ ਨੇ, ਰਾਤ ਆਣ ਕੇ ਸਾਰੇ ਬੈਠੇ ਨੇ ਮੋਟਰਾਂ ਦੇ, ਇਹ ਰਾਤ ਆਣ ਕੇ ਬੈਠੇ ਨੇ, ਰਾਤ ਚੋਰੀ ਇਹਨਾਂ ਕਰ ਰਹੀ ਚੋਰੀ, ਤੇ ਦਿਨੇ ਉੱਠ ਕੇ ਇਹਨਾਂ ਨੇ ਟੋਏ ਮਾਰਨੇ ਸ਼ੁਰੂ ਕਰ ਦਿੱਤੇ ਆ। ਤੇ ਇਹ ਵੀਰਾਂ ਨੇ ਜਿਹਨਾਂ ਦੀ ਇਹ ਪਹਿਲੀ ਸੀਗੀ, ਉਹਨਾਂ ਵੀਰਾਂ ਨੂੰ ਜਦੋਂ ਪਤਾ ਲੱਗਾ ਤਾਂ ਉਹਨਾਂ ਵੀਰਾਂ ਨੇ ਤੁਰੰਤ ਕਾਰਵਾਈ ਕਰਦੇ ਆ, ਇਹ ਕੰਮ ਜਿਹੜਾ ਰੁਕਾ ਦਿੱਤਾ, ਬੰਦ ਕਰਾਤਾ। ਆਹ ਦੇਖ ਲਓ ਪਾਣੀ ਨੂੰ ਦੂਸ਼ਿਤ ਕੀਤਾ ਨਾ, ਪਾਣੀ ਇਹ ਪਾਣੀ ਨੂੰ ਦੂਸ਼ਿਤ ਕੀਤਾ ਜਾ ਰਿਹਾ ਜੀ, ਤੇ ਬੜੀ ਤਕੜੀ ਚਾਹ ਲਾ। ਮੈਂ ਕਿਸਾਨ ਭਰਾਵਾਂ ਦੇ ਚਰਨਾਂ 'ਚ ਬੇਨਤੀ ਕਰਾਂ, ਕਿਸਾਨ ਸੰਘਰਸ਼ ਕਮੇਟੀਆਂ ਦੇ ਚਰਨਾਂ 'ਚ ਵੀ ਬੇਨਤੀ ਕਰਾਂ ਵੀ ਜਿਹੜੇ ਜਿਹੜੇ ਇਲਾਕੇ ਦੇ ਵਿੱਚ ਇਹ ਜਾਂਦੇ ਆ ਇਹਨਾਂ ਨੂੰ ਰੋਕਿਆ ਜਾਵੇ, ਬੇਨਤੀ ਆ, ਜਾਂ ਇਹਨਾਂ ਦੇ ਕੋਲੋਂ ਕੋਈ ਠਾਲੀਆਂ ਸੂਬੇ ਦਾ ਲਿਖਤੀ ਲੈ ਕੇ ਜੇ ਤੇ ਸੱਚਾਈ ਆ, ਜੇ ਇਹਨਾਂ ਕੋਲ ਕੋਈ ਸੱਚਾਈ ਆ ਪੁੱਛ ਕੇ ਮਾਰਨੀ, ਤੇ ਇਹ ਕੋਈ ਲਿਖਤੀ ਕਰ ਲੈਣ ਸਾਡੇ ਨਾਲ, ਤੇ ਲਿਖਤੀ ਕਰਕੇ ਅਸੀਂ ਇਜਾਜ਼ਤ ਦੇ ਸਕਦੇ ਹਾਂ, ਪਰ ਉਹਨਾਂ ਚਿਰ ਨਹੀਂ ਜਿੰਨਾ ਚਿਰ ਲਿਖਤੀ ਕਰਦੇ ਨਹੀਂ, ਤੇ ਸਾਡਾ ਕੋਈ ਨੁਕਸਾਨ ਹੁੰਦਾ ਤੇ ਕੌਣ ਜ਼ਿੰਮੇਵਾਰ ਆ। ਜਿਹੜਾ ਪਾਣੀ ਦੂਸ਼ਿਤ ਹੋ ਰਿਹਾ ਵਾ, ਜਿਹੜਾ ਪਾਣੀ ਜਿਹੜਾ ਹੈਗਾ ਵਾ, ਉਹ ਮਤਲਬ ਕੌਣ ਜ਼ਿੰਮੇਵਾਰ ਵਾ ਜਿਹੜਾ ਪਾਣੀ ਦੂਸ਼ਿਤ ਕਰਨ ਦੇ? ਬਿਲਕੁਲ ਜੀ ਬਿਲਕੁਲ, ਕਿਹੜਾ ਪਾਣੀ ਥੱਲੇ ਇਹਨਾਂ ਨੇ ਕਹਿੰਦੇ ਵੀ ਕੋਈ ਜਿਹੜਾ ਇਹਨਾਂ ਨੇ ਥੱਲੇ ਕੈਮੀਕਲ ਭੇਜਣਾ ਵਾ ਉਹਨੇ ਬਲਾਸਟ ਕਰਨਾ ਜਾ ਕੇ, ਔਰ ਉਹ 4 ਕਿਲੋਮੀਟਰ ਤੱਕ ਮਤਲਬ ਉਹਦਾ ਅਸਰ ਜਾਊਗਾ। ਕਹਿੰਦੇ 4 ਕਿਲੋਮੀਟਰ ਕਿੰਨਾ ਬਣ ਜਾਂਦਾ ਤੁਸੀਂ ਅੰਦਾਜ਼ਾ ਲਓ, ਇਹਨਾਂ ਦਾ 4 ਕਿਲੋਮੀਟਰ ਥੱਲੇ ਡੰਗਾਈ ਜਾਊਗਾ ਤੇ ਫਿਰ ਉਹ ਸਾਈਡਾਂ ਨੂੰ ਵੀ ਕੋਈ ਨਾ ਕੋਈ ਨੁਕਸਾਨ ਕਰੂਗਾ ਜੀ। ਇਹ ਸਾਰੇ ਜੱਟ ਭਰਾ ਇਹਨਾਂ ਨੂੰ ਰੋਕੋ, ਇਹਨਾਂ ਨੂੰ ਨਾ ਕਰਨ ਦਿਓ,
ਤੇਲ ਚੈੱਕ ਹੋਣਾ ਪਹਿਲਾਂ ਦੱਸੋ ਆਹ ਕਿਹੜਾ ਸਿਸਟਮ ਆ, ਆਹ ਜ਼ਮੀਨ ਪੁੱਟਣ ਵਾਲਾ ਹੈ, ਨਲਕੇ ਦਾ ਬੋਰ ਕਰਨ ਵਾਲਾ ਸਿਸਟਮ ਲਈ ਫਿਰਦੇ ਆ, ਪ੍ਰੈਸ਼ਰ ਨਾਲ ਇਹਨਾਂ ਨੇ ਥੱਲੇ ਘੁਮਾਉਣਾ, ਇਹਨੂੰ ਘੁਮਾ ਕੇ ਤੇ ਟੋਆ ਮਾਰਨਾ ਤੇ ਉਹਦੇ ਵਿੱਚ ਥੱਲੇ ਕੈਮੀਕਲ ਛੱਡ ਦੇਣਾ ਇਹਨਾਂ ਨੇ, ਤੇ ਪੰਜਾਬ ਦੀ ਏਦਾਂ ਤੇਲ ਚੈੱਕ ਹੋ ਜੂਗਾ 100 ਫੁੱਟ ਟੋਆ ਮਾਰ ਕੇ ਵੇਖ ਲੋ ਤੇਲ ਚੈੱਕ ਕਰਨ ਲੱਗੇ ਕਹਿੰਦੇ ਮੋਟਰਾਂ ਚੱਲਣ ਡੀਆਂ ਪਾਣੀ ਦੀਆਂ, ਇਹ ਰੋਕੋ ਇਹ ਇਥੋਂ ਟਰਾਲੀਆਂ ਤੇ ਬਹਿ ਕੇ ਗੁਰਦਾਸਪੁਰ ਨੂੰ ਮਤਲਬ ਜਾ ਰਹੇ ਆ, ਇਹ ਟਰਾਲੀਆਂ ਵਾਲੇ ਆਪਣੇ ਪਿੰਡਾਂ ਦੇ ਆਲੇ ਦੁਆਲੇ ਧਿਆਨ ਰੱਖੋ ਸਾਰੇ ਜਣੇ, ਹੋ ਗਿਆ ਸਾਡੇ ਜਿਹਨਾਂ ਦੇ ਵੀਰਾਂ ਦੇ ਕਰਕੇ ਆਏ ਆ, ਜਿਹੜਾ ਦੱਸ ਰਹੇ ਸ਼ੈਡਾਂ ਨੂੰ ਸ਼ੈਡਾਂ ਨੂੰ ਕਰੂਗਾ, ਜਿੱਥੇ ਆਪਣਾ ਇਹ ਬੋਰਿੰਗ ਵਗੈਰਾ ਕਰਕੇ ਆਏ ਆ ਨਾ, ਉਹਨਾਂ ਵੀਰਾਂ ਨੇ ਦੱਸਿਆ ਕਿ ਸਾਡੇ ਪਾਣੀ ਪੀਣ ਯੋਗ ਨਹੀਂ ਰਿਹਾ, ਸਾਡੇ ਪਾਣੀ ਦਾ ਟੇਸਟ ਬਦਲ ਗਿਆ, ਤੇ ਸਾਰੇ ਵੀਰ ਸਾਰੇ ਵੀਰ ਜਾਓ ਧਿਆਨ ਰੱਖੋ ਪਿੰਡਾਂ ਦੇ ਆਲੇ ਦੁਆਲੇ, ਘੁਮਾਣ ਤੋਂ ਅੱਗੇ ਇਹ ਅੱਗੇ ਜਾ ਰਹੇ ਆ, ਟਰਾਲੀਆਂ ਦੇ ਭਈਏ ਬਹਾਲ ਕੇ ਲਈ ਜਾਣ ਡਿਆ, ਕਿਸੇ ਨੂੰ ਪੁੱਛਦੇ ਨੀ, ਕਿਸੇ ਨੂੰ ਗਿੱਸਦੇ ਨੀ, ਗੇ ਸਾਰਾ ਕੰਮ ਆਪਣੇ ਆਪ ਹੀ ਕਰੀ ਜਾਂਦੇ, ਚਲੋ ਜਾਈਏ ਬੇਨਤੀ ਹੈ ਗੁਰਮੁਖੋ ਵੱਧ ਤੋਂ ਵੱਧ ਮੇਰੇ ਵੀਰ ਵੀਡੀਓ ਸ਼ੇਅਰ ਕਰ ਦਿਓ, ਤੇ ਇਹ ਮਸਲਾ ਬੜਾ ਗੰਭੀਰਤਾ ਨਾਲ ਸੋਚਣ ਵਾਲਾ ਜੇ ਵੀਰ ਜੀ, ਕਿਤੇ ਇਹਨੂੰ ਐਵੇਂ ਨਾ ਸਮਝ ਲਿਓ, ਮਸਲਾ ਬਹੁਤ ਗੰਭੀਰਤਾ ਨਾਲ ਸੋਚਣ ਵਾਲਾ, ਹੋ ਸਕਦਾ ਕਿ ਆਪਣੀ ਜਗ੍ਹਾ ਇਹ ਸਹੀ ਵੀ ਹੋਣ ਆਪਾਂ ਮੰਨ ਲੈਂਦੇ ਹਾਂ, ਪਰ ਇਹਨਾਂ ਇਹ ਸਾਨੂੰ ਕੋਈ ਸਬੂਤ ਦੇ ਦੇਣ, ਸਾਨੂੰ ਕੋਈ ਕਾਗਜ਼ ਮਤਲਬ ਰਿਟਰਨ ਦੇ ਵਿੱਚ ਲਿਖ ਕੇ ਦੇ ਦੇਣ ਵੀ ਜੇ ਕੋਈ ਨੁਕਸਾਨ ਹੁੰਦਾ ਜ਼ਮੀਨ ਦਾ ਜਾਂ ਪਾਣੀ ਥੱਲੇ ਖਰਾਬ ਹੁੰਦਾ ਜਾਂ ਕੋਈ ਇੱਥੇ ਸਾਡੇ ਬਲਾਸਟ ਕਰਨ ਦੇ ਨਾਲ ਕਿਸੇ ਕਿਸਮ ਦਾ ਜ਼ਮੀਨ ਬੰਜਰ ਹੁੰਦੀ ਆ ਜਾਂ ਕਿਸੇ ਬੋਰ ਨੂੰ ਨੁਕਸਾਨ ਹੁੰਦਾ ਜਾਂ ਪਾਣੀ ਨੂੰ ਨੁਕਸਾਨ ਹੁੰਦਾ ਤੇ ਲਿਖ ਕੇ ਦੇ ਦੇਣਾ ਜੇ ਇਹ ਸਹੀ ਆ ਆਪਣੀ ਜਗ੍ਹਾ, ਪਰ ਇਹ ਲਿਖਤੀ ਕਰਨ ਨੂੰ ਤਿਆਰ ਨਹੀਂ ਹੈ, ਇਹ ਲਿਖਤੀ ਕਰਨ ਨੂੰ ਤਿਆਰ ਨਹੀਂ ਪਿਆਰਿਓ, ਸੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਮੇਰੇ ਵੀਰ, ਤੇ ਪੰਜਾਬ ਨੂੰ ਬਚਾਓ ਮੇਰੇ ਵੀਰ, ਜਿੱਦਾਂ ਘੱਟ ਗਿਣਤੀਆਂ ਨਾਲ ਧੱਕਾ ਹੋ ਰਿਹਾ ਤੁਹਾਨੂੰ ਵੀ ਪਤਾ ਹੀ ਆ, ਤੇ ਇਹ RSS ਜਿਹੜੀ ਆ ਇਹ ਦੇਸ਼ ਨੂੰ ਬਰਬਾਦ ਕਰਨ ਤੇ ਤੁੱਲੀ ਹੋਈ ਆ, ਤੇ ਇਹ ਕਿਤੇ ਨਾ ਕਿਤੇ ਪੰਜਾਬ ਦੀ ਜ਼ਮੀਨ ਨੂੰ, ਉਪਜਾਊ ਨੂੰ ਜਾਂ ਪੰਜਾਬ ਦੇ ਪਾਣੀ ਨੂੰ ਇਹ ਖਤਮ ਕਰਨਾ ਚਾਹੁੰਦੇ ਆ, ਸੋ ਬੇਨਤੀ ਹੈ ਤੁਹਾਡੇ ਚਰਨਾਂ 'ਚ, ਆਹ ਦੇਖ ਲਓ ਮਟਰ ਬੀਜੇ ਹੋਏ ਆ, ਮਟਰ ਬੀਜੇ ਹੋਏ ਪਹਿਲੀ ਦੇ ਵਿੱਚ, ਤੇ ਮਟਰਾਂ ਵਾਲੀ ਪਹਿਲੀ ਦੇ ਵਿੱਚ ਵੀ ਮਤਲਬ ਇਹਨਾਂ ਨੇ ਆਣ ਕੇ ਤੇ ਕਿਸੇ ਨੂੰ ਪੁੱਛਿਆ ਨਹੀਂ ਟੋਏ ਮਾਰ ਤੇ ਆਣ ਕੇ।